ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਇੱਕ ਵੀਰ ਨੇ ਕਿਹਾ ਮੈਨੂੰ ਪ੍ਰੋਮੋਸ਼ਨ ਕਰਨ ਨੂੰ ਆਪਾਂ ਉਹਦੀ ਪ੍ਰੋਮੋਸ਼ਨ ਤਾਂ ਕਰਤੀ ਆ ਚੈਨਲ ਦੀ ਲਿੰਕ ਡਿਸਕ੍ਰਿਪਸ਼ਨ ਦੇ ਦੂਆ ਬਾਈ ਤੂੰ ਇੱਕ ਗੱਲ ਸੁਣ ਤੂੰ ਨਾ ਜੋ ਵੀਡੀਓ ਬਣਾਉਣਾ ਹੈ ਨਾ ਆਉਦੇ ਤੇ ਟਪੇੜ ਲਿਆ ਕਿਉਂ ਨਾ ਆਇਆ ਕਰ ਪਹਿਲੀ ਗੱਲ ਤਾਂ ਤੂੰ ਆਹ ਲਓ ਜੀ ਕਹਣਾ ੜੀ ਇਹ ਗੱਲ ਨਾ ਕਰ ਕਰ ਦੂਸਰੀ ਗੱਲ ਐ ਤੜਾ ਬਣਾ ਕੇ ਬੰਦੇ ਦੀ ਵੀ ਆ ਇਹ ਦੇਖੂ ਬੰਦਾ ਐ ਬਣਾਇਆ ਕਰ ਗੱਲ ਨੂੰ ਪੀ ਹਾਂ ਯਾਰ ਜੋ ਤੂੰ ਆਖੇ ਸੀ ਨਾ ਲੋਜੀ ਕੱਲ ਸਾਡੇ ਘਰੇ ਆਏ ਰਿਸ਼ਤੇਦਾਰ ਆਂ ਪ੍ਰਵਾ ਆਂ ਗਣਾ ਤੂੰ ਹਾਂ ਪ੍ਰਵਾ ਕੱਲ ਸਾਡੇ ਘਰੇ ਆਏ ਰਿਸ਼ਤੇਦਾਰ ਮੈਂ ਗੀਤਾ ਐ ਤੇ ਬਾਹ ਕੀ ਗੱਲ ਕਹਿਣੀ ਆ ਕਿ ਤੂੰ ਆ ਗਿਆ ਅਗਰ ਬਾਕੀ ਸਰੇ ਤੈਨੂੰ ਪਤੀ ਐ ਵੀ ਯਾਰ ਹਨਾ ਕੁਛ ਚੰਗੇ ਹੋਣਾ ਚਾਹੀਦਾ ਜ਼ਿੰਦਗੀ ਚ ਬਾਈ ਦੇ ਚੈਨਲ ਦੀ ਲਿੰਕ ਮੈਂ ਡਿਸਕ੍ਰਿਪਸ਼ਨ ਚ ਦੇ ਦੂੰਗਾ ਤੁਸੀਂ ਜਾ ਕੇ ਸਾਰੇ ਨੇ ਸਬਸਕ੍ਰਾਈਬ ਕਰ ਲਿਓ ਦੇਹੂਰ ਖੇਤਾਂ ਦਾ ਮਾਹੌਲ ਦੇਖ ਲੋ ਆਪਣੇ। ਪਲੌ ਉਤਾ ਬਣਾਣਾ ਯਾਰ ਪਰ ਟਾਈਮ ਹੀ ਥੋੜਾ ਹੁੰਦਾ। ਇੱਕ ਅਦਾ ਕਰਦੇ ਯਾਰ ਕੰਮ ਬੜੇ ਹੁੰਦੇ ਆ ਕਾਪਣ ਨੂੰ। ਤੁਹਾਨੂੰ ਪਤੀ ਆਪਾਂ ਕੰਮ ਕਰਨ ਵਾਲੇ ਹੈਗੇ ਆ। ਖੇਤਾਂ ਦਾ ਨਜ਼ਾਰਾ ਦੇਖ ਸਕਦੇ ਤੁਸੀਂ। ਆ ਇੱਥੇ ਮਰੂਤਾਂ ਦਾ ਪੂਜਾ ਇਥੇ ਆਪਣੀ ਜਾਮਣ ਚਾਮਣਾ ਬਥੇਰੀਆਂ ਖਾਧੀਆਂ ਆਪਾਂ। ਅਰੇ ਅੱਜ ਤੱਕ ਕਰਕੇ ਦੀ ਜਾਮਣ ਤੇ ਵੀਡੀਓ ਨਹੀਂ ਬਣਾਈ ਹਣਾ। ਵੀਡੀਓ ਬਣਾਉਣੀ ਸੀ। ਉਹ ਲੈਣ ਤਾਂ ਸੀ ਮੈਂ ਵਿੱਚ ਦੀ। ਇੱਥੇ ਗੰਨੇ ਵੀ ਜਿਹੇ ਹੋਏ ਆ। ਇਹ ਚਾਚੇ ਦਾ ਖੇਤ ਆ ਪਰ ਆਪਣਾ ਤਾਂ ਉਹ ਸੀ। ਆਹ ਖੇਤ ਆਪਣਾ। ਐਈ ਤੂੰ ਤੁਹਾਡੇ ਵੀ ਨਰਮਾ ਚੰਗਾ ਕੀ ਯਾਰ ਮਾੜਾ ਹੀ ਆ ਉਹੀ ਹਾਲਾਤ ਨੇ ਪਹਿਲਾਂ ਵਾਲੀ। ਇੱਕ ਵੀਰ ਨੇ ਮੈਨੂੰ ਕਿਹਾ ਕਹਿੰਦਾ ਤੂੰ ਯਾਰ ਹਣਾ ਵੀ ਆਪਣੇ ਪਿੰਡ ਦਾ ਟੂਰ ਹਾਂ ਐ ਕਰ ਵੀ ਬਲੌਗ ਹੁਣਾ। ਤੇ ਮਾ ਭਾਈ ਉਹ ਵੀਰ ਨੂੰ ਦੱਸਦਾ ਯਾਰ ਆਪਣਾ ਤਖਤੇ ਪੰਡੇ ਚ ਵੀਡੀਓ ਜੀ ਬਣਾਈ ਆ ਤੁਹਾਨੂੰ ਪਤਾ ਯਾਰ ਸ਼ਰਮ ਹੀ ਆਉਂਦੀ ਹੈ ਵੀ ਹਾਂ ਹਾਂ ਆ ਕੀ ਕਰੀ ਜਾਂਦਾ ਬੰਦਾ ਇੱਕ ਤਾਂ ਪੰਡੇ ਸਾਡੇ ਦੂਸਰੇ ਵੱਲ ਨੇ ਮੱਚ ਦੇ ਸਾਡੇ ਤੇ ਹੋਰ ਕੋਈ ਗੱਲ ਨਹੀਂ ਹਾਂਜੀ ਜੀ ਆਪਣਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੇ ਇਲਾਕਨ ਦਵਾਉਣਾ ਆਪਣਾ ਭੁੱਲਿਓ ਜੇ ਨਾਲ ਸੋ ਸਾਰੀਆਂ ਨੋਟੀਫਿਕੇਸ਼ਨ ਮਿਲਦੀਆਂ ਰਹਿਣੀਆਂ ਧੰਨਵਾਦ ਸਾਰੀ ਵੀਰਾਂ ਦਾ